ਕੁੜੀਆਂ ਦਾ ਇਹਨਾਂ ਕੰਜਰਾਂ ਦਾ ਕੋਈ ਕੋਈ ਫਰਕ ਨਹੀਂ ਪੈਂਦਾ, ਕੋਈ ਕਿਰਪਾਨ ਲਾਣ ਕਿਰਪਾਨ ਪਾਣ, ਇਹ ਕੰਜਰ ਨੇ ਕੰਜਰ ਹੀ ਰਹਿਣਗੇ। ਅਸੀਂ ਗਾਉਣ ਵਾਲੇ ਹੋ ਗਏ ਤਾਂ ਕੰਜਰ ਹੋ ਗਏ, ਕੰਜਰਾਂ ਨੂੰ ਸੁਣਦੇ ਕਿਉਂ ਆ ਤੁਸੀਂ? ਅੰਬ ਲੈਣ ਲਈ ਸੁਣਦੇ ਆ ਤੁਸੀਂ? ਉਹਨੇ ਸਾਬਤ ਕਰਤਾ, ਵਿਖਾਤਾ ਲੋਕਾਂ ਨੂੰ ਵੀ ਮੈਂ ਕੰਜਰ ਹੀ ਹਾਂ। ਮੈਂ ਤਾਂ ਸੋਚਦਾ ਬੜੀ ਗੁਰਦਾਸ ਮਾਨ ਨੇ ਸਾਹਿਤਕ ਜੀ ਗਾਲ ਕੱਢੀ ਆ। ਜਿਹੜਾ ਬੰਦਾ ਬੱਤੀ ਬਣਾਉਣ ਨੂੰ ਇੱਕ ਸਾਹਿਤਕ ਗਾਲ ਕਹਿੰਦਾ, ਉਹਨੂੰ ਮੈਂ ਕਹਾਂਗਾ ਆਪਣੀ ਮਾਂ ਸਾਹਮਣੇ ਕਹਿ ਦੇ ਵੀ ਬੱਤੀ ਬਣਾ ਲਓ, ਜਾਂ ਭੈਣ ਸਾਹਮਣੇ ਕਹਿ ਦੇ ਬੱਤੀ ਬਣਾ ਲਓ। 200 ਐਟ ਮੈਂ ਰੱਖੀ ਕੋਠੇ, ਉਹ ਦਿਖਾ ਜਿਹੜਾ ਕੋਠਾ ਇਹਨਾਂ ਨੂੰ, ਕੋਈ ਆਊਗਾ ਬਿਨਾਂ ਗੱਲ ਤੋਂ ਸਾਰਾ ਸਿਰ ਪਾੜ ਦਊ ਮੈਂ। 200 ਇੱਟਾਂ ਆਪਦੀਆਂ ਮੈਂ ਫਿਰ ਕਹੂੰਗਾ ਉਹ ਕਿਸੇ ਗਰੀਬ ਨੂੰ ਦਿਓ, ਨਾ ਸਾਡੇ 'ਤੇ ਚੱਲਣੀ ਹੈ ਅਤੇ ਨਾ ਹੀ ਉਹ ਤੁਹਾਡੇ ਕੋਲੋਂ ਚਲਾਉਣ ਦਾ ਦਮ ਹੈਗਾ। ਜਾਂ ਸਵੇਰ ਨੂੰ ਦਿਖਾ ਦਿੰਦੇ, ਆ ਜਾਓ ਖੜ ਜਾਓ ਜਿਹਨੇ ਖੜਨਾ ਆ ਕੇ, ਆ ਸਾਡੀ ਵੀ ਕੋਈ ਅਮੇਜ਼ ਆ ਨਾ। ਗੁਰਦਾਸ ਮਾਨ ਦੇ ਅਤੇ ਬਾਅਦ 'ਚ ਛਿੱਤਰ ਫਿਰੋ, ਪਹਿਲਾਂ ਇਹਦੇ ਛਿੱਤਰ ਫਿਰੋ ਟਕਾ ਕੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬੀ ਸਿੰਗਰ ਗੁਰਦਾਸ ਮਾਨ ਆਪਣੇ ਦਿੱਤੇ ਬਿਆਨ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਪੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਕਰਕੇ ਕਾਫੀ ਵਿਵਾਦਾਂ ਵਿੱਚ ਛਾਏ ਹੋਏ ਹਨ, ਜਿਸ ਮਾਮਲੇ ਤੇ ਕਈ ਸਿੰਗਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਕਈਆਂ ਵੱਲੋਂ ਉਹਨਾਂ ਦੀ ਸਪੋਰਟ ਕੀਤੀ ਗਈ। ਉਹਨਾਂ ਵਿੱਚੋਂ ਇੱਕ ਹਨ ਪੰਜਾਬੀ ਗਾਇਕ KS ਮੱਖਣ। ਉਹਨਾਂ ਨੇ ਪਿਛਲੇ ਦਿਨੀ ਲਾਈਵ ਹੋ ਕੇ ਗੁਰਦਾਸ ਮਾਨ ਦੀ ਸਪੋਰਟ ਕੀਤੀ ਸੀ, ਜਿਸ ਤੋਂ ਬਾਅਦ ਕਈ ਸਿੰਘਾਂ ਵੱਲੋਂ KS ਮੱਖਣ ਦਾ ਵਿਰੋਧ ਕੀਤਾ ਗਿਆ, ਜਿਸ ਦੇ ਚੱਲਦਿਆਂ KS ਮੱਖਣ ਨੇ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਜਾ ਆਪਣਾ ਅੰਮ੍ਰਿਤ ਭੰਗ ਕਰ ਸਾਰੇ ਕੰਕਾਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰੱਖ ਦਿੱਤੇ ਗਏ ਤੇ KS ਮੱਖਣ ਵੱਲੋਂ ਵਿਰੋਧ ਕਰਨ ਵਾਲੇ ਲੋਕਾਂ ਦੇ ਵੀ ਕਾਫੀ ਇਲਜ਼ਾਮ ਲਾਏ। ਹੁਣ KS ਮੱਖਣ ਨੂੰ ਕਾਫੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੇਅਦਬੀ ਤਾਂ ਉਹਨਾਂ ਨੇ ਆਪ ਅੰਮ੍ਰਿਤ ਭੰਗ ਕਰਕੇ ਕੀਤੀ ਹੈ। ਆਓ ਦੇਖਦੇ ਹਾਂ ਪੂਰੀ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। KS ਮੱਖਣ ਜਦੋਂ ਉਹਦੇ 'ਤੇ ਇਲਜ਼ਾਮ ਲੱਗੇ ਨਸ਼ਿਆਂ ਦੇ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ, ਮਹਾਂਪੁਰਖਾਂ ਨਾਲ ਜੁੜਿਆ, ਅਤੇ ਅੰਮ੍ਰਿਤ ਛੱਕ ਕੇ ਇਹਨੇ ਆਪਣੇ ਉਹ ਪਾਪਾਂ ਨੂੰ ਧੋਤਾ ਚਿੱਟੇ ਦਿਨ, ਥੋੜ੍ਹੇ ਦਿਨ ਪਹਿਲਾਂ ਇਹਦੇ ਵੱਲੋਂ ਇੱਕ ਵੀਡੀਓ ਪਾਈ ਗਈ ਵੀ ਮੈਂ ਅਸੀਂ ਕੰਜਰ ਹਾਂ ਅਤੇ ਕੰਜਰਾਂ ਨੂੰ ਕਾਹਨੂੰ ਸੁਣਦੇ ਹੋ, ਸਾਨੂੰ ਛੱਡ ਦਿਓ ਤੁਸੀਂ ਸੁਣਨਾ, ਅਤੇ ਸਾਨੂੰ ਕੰਜਰ ਕਹਿੰਦੇ ਹੋ ਤੁਸੀਂ। ਅਤੇ ਗੁਰਦਾਸ ਮਾਨ ਦੀ ਇਹਨੇ ਗਾਲ ਨੂੰ ਸਭਿਅਕ ਗਾਲ ਕਿਹਾ, ਸਾਹਿਤਕ ਗਾਲ ਕਿਹਾ, ਸਾਹਿਤਕ ਵੀ ਉਹ ਤਾਂ ਸਾਹਿਤਕ ਗੱਲ ਸੀ। ਫਿਰ ਇਹਨੇ ਨਾਲ ਕਿਹਾ ਵੀ ਆ ਜੇ ਜਿਹੜਾ ਮੈਂ ਆਉਣਾ, ਮਤਲਬ ਮੈਂ ਛਿੱਲੂ ਉਹਨੂੰ, ਮੈਂ ਦੱਸੂ ਕਈ ਮੇਰੇ ਮੋਢੇ 'ਤੇ ਹੈ, ਆਹ 200 ਇੱਟਾਂ ਮੈਂ ਕੋਠੇ 'ਤੇ ਰੱਖੀਆਂ ਹੋਈਆਂ ਨੇ। ਸੋ ਇਹਨੇ ਇਹ ਗੱਲਾਂ ਕੀਤੀਆਂ। ਅੱਜ ਜਿਹੜੀ ਖਬਰ ਆ ਰਹੀ ਹੈ ਵੀ ਇਹਨੇ ਕਕਾਰ ਲਾ ਤੇ ਮਹਾਰਾਜ ਸਾਹਮਣੇ ਜਾ ਕੇ ਕਕਾਰ ਲਾ ਰਹੇ ਆਪਣੇ ਆਪ ਨੂੰ ਵੀ ਮੈਨੂੰ ਛੇਕ ਦਿਓ ਪੰਚੋ ਜਿਹਨੇ ਛੇਕਣਾ। ਇਹ ਕਕਾਰ ਇਹ ਨਾ ਸੋਚਿਓ ਤੁਸੀਂ ਵੀ ਕੁੱਤੇ ਖਾਣੀ ਹੋ ਰਹੀ ਇਹਦੇ ਨਾਲ ਅਤੇ ਤਾਂ ਲਾ ਰਿਹਾ, ਨਹੀਂ ਨਹੀਂ, ਇਸ ਕਰਕੇ ਕਕਾਰ ਨਹੀਂ ਲਾ ਰਿਹਾ। ਔਰ ਇਹ ਪੰਥਕ ਕਿੱਥੋਂ, ਪੰਥਕ ਜਿਹੜਾ ਪਾ ਕੇ, ਦੇਖੋ ਮੈਂ ਅਸੀਂ ਨਹੀਂ ਕਹਿੰਦੇ ਵੀ ਅਸੀਂ ਕੋਈ ਪੰਥਕ ਆ ਕਿਰਪਾਨਾਂ ਪਾ ਕੇ ਚੋਲੇ ਪਾ ਕੇ, ਜਿਹੜਾ ਨਹੀਂ ਕਿਰਪਾਨ ਪਾਈ ਹੁੰਦੀ, ਜਿਹਨੇ ਨਹੀਂ ਅੰਮ੍ਰਿਤ ਛਕਿਆ ਹੁੰਦਾ, ਭਾਵੇਂ ਕਲੀਨ ਸ਼ੇਵ ਵੀ ਹੁੰਦਾ, ਉਹਦੀ ਸੋਚ ਵੀ ਪੰਥਕ ਹੋ ਸਕਦੀ ਹੈ। ਇਕੱਲਾ ਦਾੜੀ ਰੱਖ ਕੇ ਅਤੇ ਕਿਰਪਾਨਾਂ ਪਾ ਕੇ ਪੰਥਕ ਨਹੀਂ ਬਣਿਆ ਜਾਂਦਾ। ਅਤੇ ਦੂਜੀ ਗੱਲ ਇਹਨੇ ਕਹੀ ਬਈ ਅਸੀਂ ਹੁਣ ਤਾਂ ਪਾ ਕਿਰਪਾਨ ਕਹਿੰਦੇ ਲਾ ਰਹੇ ਹਾਂ, ਕਿਰਪਾਨ ਕਿਉਂ ਲਾਈ ਹੈ? ਇਹ ਬਹਾਨਾ ਭਾਲਦਾ ਸੀ, ਕਿਉਂਕਿ ਕੰਜਰ ਹੈ ਨਾ, ਅਤੇ ਕੰਜਰਾਂ ਨੂੰ ਬਹਾਨਾ ਚਾਹੀਦਾ ਹੁੰਦਾ ਹੈ। ਸੋ ਇਹਨੇ ਉਹ ਬਹਾਨੇ ਦੇ ਵਿੱਚ ਆ ਕੇ ਹੁਣ ਇਹ ਭਾਵੇਂ ਇਹਨੂੰ ਲੱਗੇ ਵੀ ਸ਼ਾਇਦ ਲੋਕ ਮੈਨੂੰ ਸੰਪਤੀ ਦੇਣਗੇ, ਲੋਕਾਂ ਦੀ ਮੈਨੂੰ ਭਾਵਨਾ ਮਿਲੇਗੀ ਵੀ ਮੈਂ ਲੋਕਾਂ ਦੇ ਕੁੱਤੇ ਖੰਡ ਦੁਖੀ ਹੋ ਕੇ ਕਿਰਪਾਨ ਲਾ ਰਿਹਾ। ਖਾਲਸਾ ਜੀ, ਜਿਹਨਾਂ ਦੇ ਗੁਰਮੁਖਾ ਪਿਆਰਿਆਂ ਨੇ ਸ਼ਸਤਰ ਪਾਏ ਨੇ ਨਾ, ਉਹ ਤਾਂ ਵੱਡੀ ਵੀ ਗਏ ਸੀ, ਟੁੱਕੇ ਵੀ ਗਏ ਸੀ, ਬੰਦ ਬੰਦ ਕਟਾਇਆ ਗਿਆ ਸੀ, ਉਹਨਾਂ ਨੇ ਫਿਰ ਵੀ ਕਿਰਪਾਨਾਂ ਨਹੀਂ ਲਾਈਆਂ। ਜਿਹਨੇ ਸਾਹਿਤਕ ਗੱਲ ਕਿਹਾ ਇਹ ਜਵਾਬ ਦਿੰਦਾ, ਇਹ ਖਾਲਸੇ ਦੀ ਕਚਹਿਰੀ 'ਚ ਖੜਦਾ। ਦੂਜਾ ਵੀ ਤੇਰੇ ਬਿਨਾਂ ਪੰਥ ਨੂੰ ਘਾਟਾ ਪੈ ਚੱਲਿਆ ਕੋਈ, ਜਾਂ ਕੌਮ ਨੂੰ ਘਾਟਾ ਪੈ ਚੱਲਿਆ? ਦੱਸ ਦੇ ਵੀ ਤੂੰ ਕੀ ਸਵਾਰਿਆ ਕੌਮ ਦਾ, ਭੇਟਾਂ ਗਾਈਆਂ ਨੇ, ਦੱਸ ਦੇ ਤੂੰ ਕੀ ਸਵਾਰਿਆ ਸਟੇਜਾਂ 'ਤੇ ਰੁਪਾਨ ਉੱਪਰ ਦੀ ਪਾ ਕੇ। ਤੂੰ ਠੀਕ ਹੈ, ਤੂੰ ਕਹਿੰਦਾ ਵੀ ਮੈਂ ਆਹ ਬੜਾ ਮਤਲਬ ਦੁਖੀ ਹਾਂ, ਮੈਂ ਫਲਾਣਾ ਜੀ ਐਂ ਜੀ, ਤੂੰ ਕਿਰਪਾਨ ਉੱਪਰ ਦੀ ਪਾ ਕੇ ਸਟੇਜ 'ਤੇ ਨਾਲ ਕੰਜਰੀਆਂ ਨਚਾਉਂਦਾ ਫਿਰਦਾ, ਜਦੋਂ ਗਾਣੇ ਗਾਉਂਦਾ ਕੰਜਰੀਆਂ ਕਿਰਪਾਨ ਤੋਂ ਪਾਈ ਹੁੰਦੀ ਹੈ, ਠੀਕ ਹੈ ਵੀ ਤੂੰ ਅੰਮ੍ਰਿਤਧਾਰੀ ਹੈ, ਤੇਰਾ ਕਿੱਤਾ ਹੈ, ਤੇਰਾ ਪੇਸ਼ਾ ਹੈ, ਪਰ ਇੱਕ ਗੱਲ ਯਾਦ ਰੱਖਿਓ ਵੀ ਜਿਹੜੇ ਗੁਰਮੁਖ ਪਿਆਰੇ ਨੇ ਨਾ, ਜਦੋਂ ਗੁਰਮਤ ਨਾਲ ਜੁੜ ਜਾਂਦੇ ਨੇ, ਠੀਕ ਹੈ ਉਹ ਭੁੱਖੇ ਵੀ ਮਰਨਾ ਪਸੰਦ ਕਰ ਲੈਂਦੇ ਨੇ, ਪਰ ਆਹ ਕਿੱਤਾ ਛੱਡ ਦਿੰਦੇ ਆਪਣਾ ਵੀ। ਹਾਂ, ਬੜੇ ਨੌਜਵਾਨ ਨੇ ਜਿਹੜੇ ਬਾਹਰ, ਮੈਂ ਅੱਜ ਵੀ ਉਹਨਾਂ ਨੌਜਵਾਨਾਂ ਨਾਲ ਗੱਲਾਂ ਕਰਦਾ, ਅੰਮ੍ਰਿਤ ਛਕਿਆ ਮਜਬੂਰੀ 'ਚ ਕੰਮ ਕਰਨਾ ਸੀ, ਛੱਡਿਆ ਉਹਨਾਂ ਨੇ, ਕਹਿੰਦੇ ਭਾਈ ਸਾਹਿਬ ਛੱਡਤਾ, ਅਤੇ ਜਦੋਂ ਛੱਡਿਆ ਤਾਂ ਗੁਰੂ ਨੇ ਅੱਜ ਵੀ ਉਹਨਾਂ ਦੀ ਬਾਂਹ ਫੜੀ ਹੋਈ ਹੈ ਗੁਰੂ ਨੇ। ਸਾਡਾ ਫਿਕਰ ਸਾਡੇ ਗੁਰੂ ਨੂੰ ਆ, ਸਾਡਾ ਫਿਕਰ ਸਾਡੇ ਪਿਓ ਨੂੰ ਆ,
ਤੇ ਜਿਨ੍ਹਾਂ ਨੇ ਆਪਣੇ ਪਿਓ ਨੂੰ ਪਿਓ ਸਮਝਿਆ ਹੀ ਨਹੀਂ, ਇਹਨਾਂ ਨੇ ਆਪਣੇ ਗੁਰੂ ਗੋਬਿੰਦ ਸਿੰਘ ਨੂੰ ਕਿਤੇ ਪਿਓ ਸਮਝਿਆ। ਤੇ ਦੂਜੀ ਗੱਲ ਖਾਲਸਾ ਜੀ, ਜਿਹੜਾ ਇਹ ਪੰਥ ਹੈ ਨਾ, ਇਹ ਸੂਰਮਿਆਂ ਦਾ ਹੈ, ਇਹ ਸ਼ੇਰਾਂ ਦਾ, ਭੇਡਾਂ ਬੱਕਰੀਆਂ ਦਾ ਕਦੇ ਪੰਥ ਨਹੀਂ ਹੋਇਆ ਕਰਦਾ, ਪੰਥ ਸ਼ੇਰਾਂ ਦਾ ਹੋਇਆ ਕਰਦਾ। ਸੋ ਇਸ ਕਰਕੇ ਸਾਨੂੰ ਇਸ ਗੱਲ ਦਾ ਕੋਈ ਫਿਕਰ ਹੀ ਨਹੀਂ ਹੈ। ਨਾ ਫਿਕਰ ਕਰੋ, ਲੱਖ ਲਾਂਹ ਤਾਂ ਰੱਜ ਰੱਜ ਕੇ ਪਾਓ ਇਹਨੂੰ, ਵੀ ਜਿਹੜਾ ਬੰਦਾ ਬੱਤੀ ਬਣਾਉਣ ਨੂੰ ਇੱਕ ਸੱਚ ਗੱਲ ਕਹਿੰਦਾ, ਉਹਨੂੰ ਮੈਂ ਕਹਾਂਗਾ ਆਪਣੀ ਮਾਂ ਸਾਹਮਣੇ ਕਹਿ ਦੇ ਵੀ ਬੱਤੀ ਬਣਾ ਲਓ, ਜਾਂ ਭੈਣ ਸਾਹਮਣੇ ਕਹਿ ਦੇ ਬੱਤੀ ਬਣਾ ਲਓ। ਮੈਨੂੰ ਸ਼ਰਮ ਆਉਂਦੀ ਇਹ ਗੱਲ ਕਹਿੰਦਿਆਂ ਨੂੰ, ਵੀ ਭੈਣਾਂ ਵੀ ਇਹ ਵੀਡੀਓ ਸੁਣ ਗਈਆਂ, ਮਾਵਾਂ ਵੀ ਕਿਤੇ ਇਹ ਵੀਡੀਓ ਸੁਣ ਗਈਆਂ, ਵੀ ਸਾਹਿਤਕ ਗੱਲ ਹੈ ਕਿਤੇ ਆ। ਜਿਹੜਾ ਬੰਦਾ ਇੱਕ ਗੁਰਮੁਖ ਬੰਦਾ ਪੰਜਾਬੀ ਦੀ ਆਵਾਜ਼ ਚੁੱਕ ਰਿਹਾ, ਪੰਜਾਬੀ ਬੋਲ ਰਿਹਾ, ਦਾੜਾ ਉਹਦੇ ਪ੍ਰਕਾਸ਼ ਕੀਤਾ ਹੋਇਆ ਅਤੇ ਉਹਨੂੰ ਬਰਦਾਸਮਾਨ ਕਹਿ ਰਿਹਾ, ਉਹਨੂੰ ਤੁਸੀਂ ਸਾਹਿਤਕ ਗੱਲ ਕਹਿੰਦੇ ਹੋ? ਸੋ ਇਸ ਕਰਕੇ ਇਹਨਾਂ ਕੁੱਤਿਆਂ ਦਾ, ਇਹਨਾਂ ਕੰਜਰਾਂ ਦਾ ਕੋਈ ਫਰਕ ਨਹੀਂ ਪੈਂਦਾ, ਕੋਈ ਕਿਰਪਾਨ ਲਾਣ ਕਿਰਪਾਨ ਪਾਣ, ਇਹ ਕੰਜਰ ਨੇ, ਕੰਜਰ ਹੀ ਰਹਿਣਗੇ। ਸੋ ਉਹਨੇ ਸਾਬਤ ਕਰਤਾ, ਵਿਖਾਤਾ ਲੋਕਾਂ ਨੂੰ ਵੀ ਮੈਂ ਕੰਜਰ ਹੀ ਹਾਂ। ਸੋ ਇਸ ਕਰਕੇ ਗੁਰਮੁਖੋ, ਪੰਥ ਹੈ ਕਲਗੀਧਰ ਪਾਤਸ਼ਾਹ ਦਾ, ਇਹ ਕਿਸੇ ਲੱਲੀ ਛੱਲੀ ਇੱਕੀ ਦੁੱਕੀ ਦਾ ਨਹੀਂ ਹੈਗਾ। ਸੋ ਗੁਰੂ ਮਹਾਰਾਜ ਨੇ ਬੜੀਆਂ ਕੁਰਬਾਨੀਆਂ ਦੇ ਕੇ ਕਿਰਪਾਨਾਂ ਮਿਲੀਆਂ ਨੇ, ਇਹ ਸਟੇਜਾਂ 'ਤੇ ਗਾਣੇ ਗਾ ਕੇ ਕਿਰਪਾਨਾਂ ਨਹੀਂ ਮਿਲੀਆਂ ਸਾਨੂੰ, ਇਹ ਕੁਰਬਾਨੀਆਂ ਦਿੱਤੀਆਂ ਕਲਗੀਧਰ ਪਾਤਸ਼ਾਹ ਨੇ, ਪੰਥ 'ਚ ਕੁਰਬਾਨੀਆਂ ਹੋਈਆਂ ਨੇ, ਤਾਂ ਜਾ ਕੇ ਦਸਤਾਰਾਂ ਮਿਲੀਆਂ ਨੇ, ਤਾਂ ਜਾ ਕੇ ਸਰੂਪ ਮਿਲਿਆ, ਤਾਂ ਜਾ ਕੇ ਕਿਰਪਾਨ ਮਿਲੀ ਆ। ਇਹ ਕਿਰਪਾਨ ਮੇਰੀ ਨਹੀਂ, ਇਹ ਸਰੂਪ ਮੇਰਾ ਨਹੀਂ, ਇਹ ਦਸਤਾਰ ਮੇਰੀ ਨਹੀਂ, ਇਹ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਆ। ਅਤੇ ਜੇ ਇਹ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਸਮਝਦਾ, ਜੇ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਸਮਝਦਾ, ਤਾਂ ਇਹ ਨਾ ਲਾਉਂਦਾ। ਇਹਦੇ ਮਨ 'ਚ ਭੈ ਹੀ ਨਹੀਂ, ਭਾਵਨਾ ਹੀ ਨਹੀਂ, ਪਿਆਰ ਹੀ ਨਹੀਂ। ਕਰਕੇ ਮੇਰੇ ਵੀਰੋ ਤਗੜੇ ਹੋਵੋ, ਮੈਂ ਤਾਂ ਕਹਿੰਦਾ ਜਿੱਥੇ ਮਿਲੇ ਨਾ ਗੁਰਦਾਸ ਮਾਨ ਦੇ, ਅਤੇ ਬਾਅਦ 'ਚ ਛਿੱਤਰ ਫਿਰੋ, ਪਹਿਲਾਂ ਇਹਦੇ ਛਿੱਤਰ ਫਿਰੋ, ਟਕਾ ਕੇ ਇਹਦੇ ਛਿੱਤਰ ਫਿਰੋ, ਤਗੜੇ ਹੋ ਗਏ ਛਿੱਤਰ ਫਿਰੋ ਜਿੱਥੇ ਵੀ ਮਿਲਦਾ। ਅਤੇ ਮੈਂ ਗੁਰਦਾਕੀ ਕਰੀ ਗੁਰਦਾਸ ਮਾਨ ਦੀ ਗੱਲ, ਲੱਖ ਲਾਂਹ ਤਾਂ ਉਸੇ ਮੈਨੇਜਰ ਨੂੰ, ਲੱਖ ਲਾਂਹ ਤਾਂ ਐਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਹੜੇ 15 ਲੱਖ ਦੇ ਵਿੱਚ ਵਿਕ ਗਏ ਅਤੇ 15 ਦਾ ਚੈੱਕ ਲੈ ਕੇ, ਉਹ ਭਾਈ ਲਾਲੋ ਦਾ ਇਤਿਹਾਸ ਪੜ੍ਹ ਲਓ, ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਸਥਾਨਾਂ 'ਤੇ ਸੇਵਾ ਕਰ ਰਹੇ ਹੋ, 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦਾ ਰਿਹਾ, ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਦੀ ਕੋਦੇ ਦੀ ਰੋਟੀ ਖਾਧੀ ਆ, ਭਾਈ ਲਾਲੋ ਦੀ, ਅਤੇ ਤੁਸੀਂ ਤਾਂ ਬਾਬਰ ਕੇ ਬਣ ਗਏ, ਤੁਸੀਂ ਤਾਂ ਠੱਗ ਬਣ ਗਏ ਤੁਸੀਂ, ਵੀ ਐਡੀਆਂ ਗਲਤੀਆਂ ਕਰਕੇ ਬੰਦਾ ਆ ਰਿਹਾ ਕਿ ਤੁਸੀਂ ਉਹਦੇ ਸਿਰ 'ਤੇ ਪੱਗਾਂ ਸਜਾਉਂਦੇ ਹੋ, ਦਸਤਾਰਾਂ ਸਜਾਉਂਦੇ ਪਿਓ, ਵਾਹ ਵਾਹ ਵਾਹ, ਜਾ ਵੀ ਆ ਜਾ, ਬੜੀ ਕਮਾਈ ਕਰਕੇ ਆਇਆ, ਪੰਜਾਬੀ ਦਾ ਬੜਾ ਸਿਲਚਾ ਕਰਕੇ ਆਇਆ। ਸੋ ਇਸ ਕਰਕੇ ਇਹ KS ਮੱਖਣ ਬਹਾਨਾ ਭਾਲਦਾ ਸੀ, ਸਿੱਖੀ ਤੋਂ ਕਿਰਪਾਨ ਲਾਹਣ ਦਾ ਨੇ ਸ਼ੱਕ 'ਤੇ ਲਿਆ ਸੀ ਅੰਮ੍ਰਿਤ, ਪਰ ਇਹਦੇ ਕਿੱਤੇ 'ਚ ਫਰਕ ਪੈ ਗਿਆ ਸੀ। ਹੁਣ ਕਿੱਤਾ ਪਿਆਰਾ, ਹੋਰ ਕੰਮ ਕੋਈ ਆਉਂਦਾ ਨਹੀਂ, ਗਾਣਾ ਆਉਂਦਾ, ਕਿੱਤਾ ਇਹੀ ਹੈ, ਕਿੱਤਾ ਪਿਆਰਾ ਸੀ, ਹੋਰ ਕੰਮ ਕੋਈ ਕਰ ਨਹੀਂ ਸਕਦਾ। ਸੋ ਕੇਸ ਤੜਾ ਰੱਖਣ ਕਰਕੇ, ਅਮਰ ਛਕਣ ਕਰਕੇ, ਅਤੇ ਜੇ ਕੋਈ ਹੋਰ ਬਾਲਕ ਸ਼ਰਾਬਾਂ ਦੇ ਨਸ਼ੇ ਦੇ ਗਾਣੇ ਪ੍ਰਮੋਟ ਕਰਦਾ, ਤਾਂ ਇਹਨੂੰ ਮਾੜਾ ਸੀ, ਇਹਨੂੰ ਲੋਕ ਇਹਨੂੰ ਜੀ ਨਹੀਂ ਸੀ ਦਿੰਦੇ। ਸੋ ਹੁਣ ਇਹਨੂੰ ਬਹਾਨਾ ਮਿਲ ਗਿਆ, ਕਿਰਪਾਨ ਲਾਹਤੀ, ਪੰਥਕ ਦਾ ਜਿਹੜਾ ਮਖੋਟਾ ਸੀ ਉਹ ਲਾਹਤਾ, ਅੰਮ੍ਰਿਤ ਕੋਈ ਨਹੀਂ, ਆਉਣ ਵਾਲੇ ਸਮੇਂ 'ਚ ਦਾੜੀ ਵੀ ਕਟਾਏ ਗਏ, ਆਉਣੇ ਸਮੇਂ 'ਚ ਫਿਰ ਕੇਸ ਕਟਾਏ ਗਏ। ਸੋ ਇਸ ਕਰਕੇ ਇਹ ਵੀਰ ਨੇ ਗੱਲ ਲਿਖਿਆ ਵੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ, ਇਹ ਕਾਹਦਾ ਪੰਥਕ ਹੈ ਮਿਹਨਤ ਦਾ, ਅਤੇ ਕਾਹਦੀ ਜਿਹਦੇ ਕਿਰਪਾਨ ਪਾਲੀ ਤਾਂ ਮਰ ਕੇ ਕਿਰਪਾਨ ਮਿਲਦੀ ਹੈ, ਅਤੇ ਮਰਦੇ ਦਮ ਤੱਕ ਨਾ ਲਾਉਂਦਾ ਕਿਰਪਾਨ, ਛੱਡ ਦੇ ਕਾਰੋਬਾਰ, ਖੇਤੀਬਾੜੀ ਕਰੇ, ਕਿਰਤ ਕਰੇ, ਕੰਮ ਕਰੇ, ਜ਼ਰੂਰੀ ਹੈ ਵੀ ਕਲਾਕਾਰੀ ਕਰਕੇ ਹੀ ਨੇ ਆਪਣਾ ਪਰਿਵਾਰ ਪਾਲਣਾ, ਆਪਣਾ ਬੜੇ ਕੰਮ ਨੇ, ਬੜੇ ਕਿੱਤੇ ਨੇ। ਅਸੀਂ ਵੀ ਸਰਕਾਰੀ ਨੌਕਰੀਆਂ ਛੱਡੀਆਂ ਨੇ, ਅਸੀਂ ਵੀ ਕਿਉਂ, ਸਾਡੇ ਫਾਦਰ ਸਾਹਿਬ ਲੀਡਰ ਆਫ DGP ਰਿਟਾਇਰ ਹੋਏ ਨੇ, ਅਸੀਂ ਵੀ ਸਰਕਾਰੀ ਨੌਕਰੀ ਛੱਡੀ ਹੈ, ਕਿਉਂ ਛੱਡੀ ਸੀ? ਵੀ ਸਾਨੂੰ ਜਦੋਂ ਅੰਮ੍ਰਿਤ ਛੱਕ ਗਿਆ, ਲੱਗ ਗਿਆ ਪਤਾ ਵੀ ਇੱਥੇ ਸਾਡੀ ਜ਼ਿੰਦਗੀ ਹੈ ਨਹੀਂ, ਰਿਸ਼ਵਤ ਲੈਣੀ ਪੈਣੀ ਹੈ ਸਾਨੂੰ, ਇੱਥੇ ਛੱਡਤੀ ਨੌਕਰੀ, ਤੁਰ ਪਏ ਇੱਧਰਲੇ ਪਾਸੇ ਨੂੰ। ਅੱਜ ਕਿਹੜਾ ਭੁੱਖੇ ਮਰਦੇ ਹਾਂ, ਸੰਗਤ ਭੁੱਖਾ ਮਰਨ ਨਹੀਂ ਦਿੰਦੀ ਸਾਨੂੰ, ਸੰਗਤ ਰੱਜ ਰੱਜ ਕੇ ਸਾਡਾ, ਜੇ ਗੁਰੂ ਦਾ ਤੁਰਦੇ ਹਾਂ ਗੁਰੂ ਵਾਲੇ ਪਾਸੇ, ਅਤੇ ਗੁਰੂ ਵੱਧ ਚੜ੍ਹ ਕੇ ਸਾਨੂੰ ਸਾਥ ਦਿੰਦਾ, ਸਾਡੀ ਕੀ ਔਕਾਤ ਹੈ? ਸਾਡੇ ਕੋਲ ਸਾਈਕਲ ਨਹੀਂ ਸੀ, ਅੱਜ ਅਸੀਂ ਗੱਡੀਆਂ ਤੱਕ ਬੱਚਿਆਂ ਨੂੰ ਇਨਾਮ ਦਿੰਦੇ ਹਾਂ, ਸਾਡੇ ਕੋਲ ਗੱਡੀਆਂ ਖੜੀਆਂ ਨੇ। ਸੰਗਤ 'ਚ, ਰੱਬ 'ਚ ਪਰਮੇਸ਼ਰ ਵੇਖਦਾ ਹੈ, ਉਹ ਸਭ ਕੁਝ ਦਿੰਦਾ ਹੈ, ਬੰਦੇ ਦੀ ਕੋਈ ਔਕਾਤ ਨਹੀਂ ਹੈ। ਤੁਰੋ ਤਾਂ ਸੀ ਤੁਸੀਂ, ਤਾਂ ਪੰਥਕ ਆਖੇ ਪੰਥ 'ਚੋਂ ਛੇਕ ਦਿਓ, ਤੈਨੂੰ ਕਹਿੰਦਾ ਛੇਕਣਾ ਪੰਥ 'ਚੋਂ, ਤੂੰ ਤਾਂ ਪਹਿਲਾਂ ਹੀ ਛੇਕਿਆ ਹੋਇਆ, ਜਿਹੜਾ ਜਾ ਜਾ ਕੇ ਤੂੰ ਭੇਟਾਵਾਂਗਾ ਉਹਨਾਂ ਕੰਜਰਾਂ ਦੇ, ਮੜੀਆਂ 'ਤੇ ਜਾ ਕੇ, ਪੀਰਾਂ 'ਤੇ ਜਾ ਕੇ ਤੂੰ ਕਹਿੰਦਾ ਆਖੇ ਜੀ ਮੈਂ ਗਾਣੇ ਗਾ ਰਿਹਾ, ਕਿ ਮੇਰੀ ਕਮਾਈ ਹੈ, ਮੇਰਾ ਕਿੱਤਾ, ਮੈਂ ਕੰਜਰ ਆ, ਕੰਜਰ ਆ, ਤੂੰ ਕੰਜਰ ਹੀ ਰਹਿਣਾ। ਸੋ ਇਸ ਕਰਕੇ ਮੈਂ ਆਪ ਸੰਗਤ ਨੂੰ ਬੇਨਤੀ ਕਰਦਾ, ਖਾਲਸਾ ਜੀ, ਐਵੇਂ ਸੋਚੋ ਨਾ ਬਾਲਾ, ਪੋਜ਼ਟਿਵ ਨਾ ਲਿਓ ਵੀ ਹਾਂ ਵੀ ਆਹ ਇਹਨੂੰ ਬਾੜਾ ਬੋਲਿਆ ਸਿੰਘਾਂ ਨੇ, ਫਲਾਉਣਾ ਕੀਤਾ ਜੀ, ਇਹਦੀ ਕਿਰਪਾਨ ਲਾਹਤੀ ਜੀ, ਦਿਲ ਟੁੱਟ ਗਿਆ ਜੀ ਫਲਾਉਣਾ ਜੀ, ਇੱਦਾਂ ਦੇ ਲੁੱਚੇ ਕੰਜਰ ਸਾਈਡ 'ਤੇ ਚੰਗੇ ਨੇ, ਅਤੇ ਸਾਈਡ 'ਤੇ ਰਹਿਣ ਦਿਓ, ਜਿੱਥੇ ਮਿਲੇ ਨਾ ਹੁਣ ਛਿੱਤਰ ਲਾ ਲਓ, ਬਸ ਛਿੱਤਰ, ਵੀ ਕਲਗੀਧਰ ਪਾਤਸ਼ਾਹ ਜਿਹੜਾ ਕਕਾਰ ਨਹੀਂ ਸਾਂਭ ਸਕਿਆ, ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਹੀਂ ਸਾਂਭ ਸਕਿਆ, ਲੋਕਾਂ 'ਤੇ ਵਿਖਾਵਾ ਕਰਦਾ ਫਿਰਦਾ, ਵੀ ਅੱਧਾ ਪੰਜਾਬ ਸਾਡੇ ਨਾਲ ਹੈ, ਇਹਨੂੰ ਦੱਸ ਦਿਓ ਵੀ ਜਿਹੜੇ ਆ ਜਸ ਕਾਲੋ, ਵੀ ਤੁਸੀਂ ਕਿਹਾ ਵੀ ਅੰਦਰੋਂ ਥੋੜ੍ਹੀ ਨਿਕਲ ਜਾਂਦਾ ਅੰਮ੍ਰਿਤ ਅੰਦਰੋਂ, ਅਤੇ ਜਿਹੜੇ ਅੰਦਰ ਜਾ ਕੇ, ਮੈਂ ਇੱਕ ਬੇਨਤੀ ਕਰਾਂਗਾ, ਜਿਹਦੇ ਅੰਦਰ ਜਾ ਕੇ ਅੰਮ੍ਰਿਤ ਵੀ ਜ਼ਹਿਰ ਬਣ ਜਾਏ ਨਾ, ਗੁੱਸਾ ਬੰਦੇ ਦਾ ਇਲਾਜ ਕੋਈ ਨਹੀਂ ਗੁਰੂ ਪਿਆਰਿਓ,
क्या करोगे तुसी ऐसे बंदे अंदरों रख के अमृत अंदरों रख के मनते हैं असं अंदरों अमृत गुरु का नहीं निकलता पर आ सोच थोड़ी चाहिए गुरु गोबिंद सिंह पातशाह की सोच वक्री है ये न्यारा यूनीक रिलीजन है यूनीक गुरु गोबिंद सिंह कहते ऐसा खालसा सजावगा जो लखा की भीट में खड़ेगा ना लखा की भीट च तो लोग खड़ खड़ विकन गए मेरा पुत खड़े है मेरा खालसा खड़े मेरा शेर खड़े है सो ये गुरु गोबिंद सिंह पातशाह ने खालसा तैयार किया ये भेड़ा बकरिया की गुरु गोबिंद सिंह साढ़े वर्गे भी बतेरे तुरे फिरते हैं साढ़े वर्गिया की गुरु गोबिंद सिंह लोड़ नहीं गुरु गोबिंद सिंह से सवा लाख चेक लड़ा सवा लाख ही बड़ा है तो जी फौज है ना वो त्यार बार त्यार फिर फौज ही होंगी है आ कुत्ते बिल्लिया की नहीं पंथ नूं लोड़ ये बथेरे वागा की लोड़ नहीं है इन्हों की लोड़ नहीं है इस करके जे मिलता ना छित्र लाओ जिथे मिलता है लाओ पलानता पाओ इनू जिहड़ा गुरु गोबिंद सिंह ने बनिया गुस्सा ना करो कृपान लाती ना रख रहा भी महाराज अगर दास कर लाती ना जिहड़ा गुरु गोबिंद सिंह का नहीं बनया वो थोड़ा की बनूंगा जवाब दे दो भी जिहड़ा पंथ का नहीं बनया वो थोड़ा की बनूंगा वो कहिंदा अद्धा पंजाब मेरे नाल दसो उहनू भी किहड़ा अद्धा पंजाब उहदे नाल है दस दो भी किहड़ा अद्धा पंजाब तेना तुरिया फिरदा किहड़ा तेनू सुन लाउंदा दसो इस वीडियो नूं देखण तों बाद कमेंट करे इह जरूर दसना कि केएस मक्खण दा अमृत भंग करना सही है जां नहीं इस दे नाल इस तरह दीआं हर अपडेट्स नूं सब तों पहलां देखण लई इस चैनल नूं सबसक्राइब कर घंटी वाले बटन नूं दबाउणा ना भुल्लना तुहाडा दिन शुभ रहे धन्नवाद।